ਫਾਜ਼ਿਲਕਾ ਵਿਖੇ ਭਾਰਤ-ਪਾਕ ਸਰਹੱਦ ਤੇ ਪੈਂਦੇ ਪਿੰਡ ਚੂੜੀਵਾਲਾ ਤੰਨਾ ਦੇ ਨਿਵਾਸੀ ਸੀਤਾਰਾਮ ਨਾਮਕ ਵਿਅਕਤੀ ਦੀ ਬੇਦਪਰੇ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮ੍ਰਿਤਕ ਦੇ ਸੰਸਕਾਰ ਮੌਕੇ ਪੁਲਿਸ ਪਹੁੰਚੀ ਜਿੱਥੇ ਇੱਕ ਗੱਲ ਹੈਰਾਨ ਕਰਨ ਵਾਲੀ ਸਾਹਮਣੇ ਆਈ ਕਿ ਇਸ ਮੌਤ ਬਾਰੇ ਨਾ ਤਾਂ ਪੁਲਿਸ ਕੋਈ ਜਾਣਕਾਰੀ ਦੇ ਰਹੀ ਹੈ ਅਤੇ ਨਾ ਇਸ ਬਾਰੇ ਕੋਈ ਪਿੰਡ ਵਾਸੀ ਹੀ ਮੂੰਹ ਖੋਲ ਰਿਹਾ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਅਜਿਹੀ ਮੌਤ ਦੀ ਘਟਨਾ ਹੈ ਜੋ ਕਿ ਰਹੱਸ ਬਣੀ ਹੋਈ ਹੈ ਫਿਲਹਾਲ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਰਿਪੋਰਟ ਆਉਣ ਤੋਂ ਬਾਅਦ ਇਸ ਘਟਨਾ ਤੋਂ ਪਰਦੇ ਹਟਦੇ ਹਨ ਜਾਂ ਨਹੀਂ ਇਹਨਾਂ ਦੇ ਸਿੱਤਾਰਾਮ ਦੇ ਨਾਮ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਆ ਚੂੜੀਆਂ ਲਈ ਪਹਿਲੇ ਹਾਂਜੀ ਪਹਿਲੇ ਸਾਈਡ ਡੀਨ ਨੇ ਰਹਿੰਦਾ ਹੈ ਬਰਸਾਣਾ ਸਾਈਡ ਨੇ ਅੱਛਾ ਜੀ ਮੌਤ ਦਾ ਕਾਰਨ ਕੀ ਬਣਿਆ ਜੀ ਮੌਤ ਕਿਵੇਂ ਹੋਈ ਜੀ ਇਹਨਾਂ ਦਾ ਪਤਾ ਆਪਾਂ ਨੂੰ ਪਤਾ ਨਹੀਂ ਕੋਈ ਨਹੀਂ ਅੱਛਾ ਜੀ ਤੇ ਇਹ ਸੰਸਕਾਰ ਵਾਸਤੇ ਲੈ ਗਏ ਸੀ ਜੀ ਇਹਨਾਂ ਨਹੀਂ ਤਿਆਰੀ ਹੋ ਗਈ ਸੀ ਜੀ ਤਿਆਰੀ ਤੇ ਕੀ ਮੈਂ ਤਾਂ ਇਹਨੂੰ ਆਇਆ ਇਹਨੂੰ ਪੁਲਿਸ ਆ ਗਈ ਮੈਂ ਹਾਂ ਸਕ ਚੱਕਰ ਆ ਗਿਆ ਨਾ ਕੋਈ ਤੋਂ ਨੂੰ ਲੈ ਸਕੋ ਨਹੀਂ ਬਾਹਰ ਤੇ ਇਹਦੀ ਲਾਸ਼ ਨੂੰ ਹਸਪਤਾਲ ਕਿਵੇਂ ਲੈਂਦਾ ਜੀ ਹਸਪਤਾਲ ਮੈਂ ਤਾਂ ਪੋਸਟਮਾਰਟਮ ਵਾਸਤੇ ਲਿਆ ਹੋਰ ਕਿਉਂ ਵਾਸਤੇ ਲਿਆ कोई फोन फान आए इस शक के आधार से ली वेरी कारवाई कर देने परेशान हो ता इधर उधर ना घूमो बस संपर्क करो पंडित अमित शर्मा जी नाल समस्या पावे कोई भी होवे जिवें लव मैरिज लई मां बाप नूं मनाउणा प्यार विच धोखा सौंतण जां दुश्मन तों छुटकारा औलाद सुख कर्जा मुक्ति या विदेश यात्रा ताजी आओ मां अंबिका ज्योतिष केंद्र फगवाड़ा फोन नंबर 7298878600